ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ SSP ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਜੀ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪਾਂ ਰੈਗੂਲਰਲੀ ਨਸ਼ਿਆਂ ਦੇ ਖਿਲਾਫ ਜਿਹੜਾ ਉਹ ਆਪਣੀ ਮੁਹਿੰਮ ਛੇੜੀ ਹੋਈ ਹੈ। ਇਸੇ ਦੇ ਮੱਦੇਨਜ਼ਰ ਜਿਹੜਾ ਅੱਜ ਆਪਾਂ ਕੈਸੋ ਕੀਤਾ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੇ ਏਰੀਏ 'ਚ, ਜਿਹਦੇ ਵਿੱਚ ਮਾਡਲ ਟਾਊਨ ਦਾ ਏਰੀਆ ਸੀ ਅਤੇ ਚਾਰ ਮਰਲੇ ਕੁਆਟਰਸ ਦਾ ਏਰੀਆ ਸੀ ਅਤੇ ਹੋਰ ਉਹਦੇ ਸਰਾਊਂਡਿੰਗ ਏਰੀਆ ਸੀ। ਇਸ ਦੇ ਵਿੱਚ ਆਪਾਂ ਸਵੇਰੇ ਅਰਲੀ ਮਾਰਨਿੰਗ ਤਕਰੀਬਨ 5 ਕੁ ਵਜੇ ਜਿਹੜਾ ਆਪਣਾ ਉਹ ਜਿਹੜੇ ਅੰਦਰ ਉਸ ਏਰੀਏ ਨੂੰ ਅੰਦਰ ਜਾਣ ਵਾਲੇ ਰੋਡ ਸੀ ਉੱਥੇ ਨਾਕੇ ਲਗਾਏ ਸੀ ਅਤੇ ਅਰਲੀ ਮਾਰਨਿੰਗ ਤੋਂ ਆਪਾਂ ਚੈਕਿੰਗ ਸਟਾਰਟ ਕਰਤੀ ਸੀ ਤਾਂ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਬੰਦਾ ਜਾਂ ਸ਼ੱਕੀ ਬੰਦਾ ਕੋਈ ਉੱਧਰ ਨੂੰ ਜਾਂਦਾ ਉਹਦੀ ਆਪਾਂ ਚੈਕਿੰਗ ਕਰ ਸਕੀਏ। ਅਤੇ ਦੂਸਰਾ ਜਿਹੜੇ ਬੰਦੇ ਉੱਥੇ ਜਿਨ੍ਹਾਂ 'ਤੇ ਮੁਕੱਦਮੇ ਦਰਜ ਹੈ, ਕਈਆਂ 'ਤੇ 2 ਮੁਕੱਦਮੇ, ਕਈਆਂ 'ਤੇ 2 ਤੋਂ ਵੀ ਜ਼ਿਆਦਾ, ਕਈਆਂ 'ਤੇ 1 ਮੁਕੱਦਮਾ ਵੀ ਹੈ ਬਟ ਉਹ ਸ਼ੱਕੀ ਹੈ, ਫਿਰ ਸਾਰਿਆਂ ਦੀ ਜਿਹੜੀ ਆਪਾਂ ਉਹ ਗਹਿਣ ਚੈਕਿੰਗ ਕੀਤੀ ਸੀ। ਇਹਦਾ ਮੇਨ ਉਦੇਸ਼ ਇਹੀ ਹੈ ਕਿ ਵੀ ਆਪਾਂ ਸ਼ਹਿਰ 'ਚ ਲੋਕਾਂ 'ਚ ਕੌਨਫੀਡੈਂਸ ਬਿਲਟਅਪ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਪੁਲਿਸ ਹੈ ਉਹ ਜਿਹੜੇ ਮਾੜੇ ਅਨਸਰ ਉਹਨਾਂ ਦੇ ਲਗਾਤਾਰ ਖਿਲਾਫ ਕੰਮ ਕਰ ਰਹੀ ਹੈ ਅਤੇ ਜਿਹੜੇ ਬੰਦੇ ਨਸ਼ਿਆਂ ਨੂੰ ਵੇਚਣ 'ਚ ਇਨਵੋਲਵ ਹੈ, ਜਿਹੜੇ ਬੰਦੇ ਅਦਰਵਾਈਜ਼ ਲੜਾਈ ਝਗੜੇ 'ਚ ਇਨਵੋਲਵ ਹੈ, ਉਹਨਾਂ 'ਤੇ ਲਗਾਤਾਰ ਆਪਾਂ ਦਬਿਸ਼ ਰੱਖੀ ਹੈ ਸ਼ਹਿਰ 'ਚ ਤਾਂ ਕਿ ਉਹਨਾਂ ਨੂੰ ਇੱਕ ਮੈਸੇਜ ਜਾਂਦਾ ਰਹੇ ਕਿ ਜਿਹੜੀ ਪੁਲਿਸ ਹੈ ਉਹਨਾਂ 'ਤੇ ਮਗਰ ਲੱਗੀ ਹੈ ਅਤੇ ਅਗਰ ਉਹ ਆਪਣੇ ਕੰਮ ਤੋਂ ਨਹੀਂ ਟਲਣਗੇ ਤਾਂ ਆਪਾਂ ਕੰਟੀਨਿਊਸਲੀ ਜਿਹੜਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਘਰਾਂ 'ਚ ਜਾਂ ਉਹਨਾਂ ਦੇ ਜਿਹੜੀ ਠਾਰ ਆ ਜਿੱਥੇ ਉਹ ਰਹਿੰਦੇ ਆ ਉੱਥੇ ਆਪਾਂ ਚੈਕਿੰਗ ਕਰਾਂਗੇ। ਇਹ ਸਿਰਫ ਇਹ ਮੈਸੇਜ ਲਈ ਹੈ ਕਿ ਵੀ ਆਪਾਂ ਜਿਹੜਾ ਕ੍ਰਾਈਮ ਤੋਂ ਪਰਹੇਜ਼ ਕਰੀਏ ਅਤੇ ਸਮਾਜ 'ਚ ਬਿਲਕੁਲ ਇੱਕ ਚੰਗੇ ਸਮਾਜ ਦੇ ਜਿਹੜੇ ਮੈਂਬਰ ਬਣ ਕੇ ਆਪਣੇ ਸ਼ਹਿਰ ਦੀ ਜਿਹੜੀ ਤਰੱਕੀ 'ਚ ਹਿੱਸਾ ਪਾਈਏ ਕਿ ਨਾ ਕਿ ਆਪਾਂ ਗਲਤ ਕੰਮਾਂ 'ਚ ਇਨਵੋਲਵ ਹੋਈਏ ਅਤੇ ਕ੍ਰਾਈਮ ਕਰੀਏ। ਅਤੇ ਅੱਗੇ ਵੀ ਜਿਹੜੀ ਹੈ ਆਪਣੀ ਪਠਾਨਕੋਟ ਪੁਲਿਸ ਇਹ ਮੁਹਿੰਮ ਜਾਰੀ ਰੱਖੂਗੀ, ਅਲੱਗ ਅਲੱਗ ਏਰੀਆਜ਼ 'ਚ ਆਪਾਂ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਇਸ ਤਰੀਕੇ ਦੀ ਮੁਹਿੰਮ ਜਾਰੀ ਰੱਖਾਂਗੇ, ਸਰਚਿਜ਼ ਕਰਦੇ ਰਹਾਂਗੇ ਅਤੇ ਸ਼ੱਕੀ ਬੰਦਿਆਂ ਨੂੰ ਚੈੱਕ ਵੀ ਕਰਦੇ ਰਹਾਂਗੇ ਤਾਂ ਕਿ ਸ਼ਹਿਰ 'ਚ ਅਮਨ ਸ਼ਾਂਤੀ ਬਣੀ ਰਹੇ ਅਤੇ ਨਸ਼ਿਆਂ ਦੇ ਉੱਪਰ ਨੱਥ ਪੈ ਸਕੇ। ਜੀ ਇਹਦੀ ਆਪਾਂ ਰਿਪੋਰਟ ਲੈ ਰਹੇ ਹਾਂ, ਅਗਰ ਕੁਛ ਬਰਾਮਦ ਹੁੰਦਾ ਤਾਂ ਤੁਹਾਡੇ ਨਾਲ ਸ਼ੇਅਰ ਕਰਦਾ।